वाहिगुरु जी का खालसा वाहिगुरु जी की फतेह। जिवें कि महाराज ने कहा है कि मैं आपके सिख नूं जिंदगी दे विच एक बार जरूर आवे मैं डीकांगा इत्थे ते मां कृपा हुई है तो असीं पहुंचे हैं इत्थे ते कुछ क इत्थे आउंदे मतलब जदों उतरे हैं तो कुछ क ना गल्लां हुंदियां जां दिमाग कई क्वेश्चन जे आउंदे तो सोचा भी शायद हरेक दे आउंदे होणगे ਤਾਂ ਉਹਦੇ ਵਾਸਤੇ ਸਪੈਸ਼ਲ ਇਸ ਚੀਜ਼ ਲਈ ਅਵੇਅਰ ਕਰਨ ਵਾਸਤੇ ਜਾਂ ਕੁਛ ਜਾਣਕਾਰੀ ਲਾ ਲਓ ਵੀ ਆਉਂਦਿਆਂ ਹੋਇਆ ਨਾ ਤੁਹਾਨੂੰ ਦਿੱਕਤ ਆਵੇ ਅਤੇ ਮੈਂ ਅਸੀਂ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ। ਅੱਜ ਜਿਵੇਂ 12 ਮਾਰਚ ਹੈ ਅਤੇ ਅਸੀਂ ਮਤਲਬ ਇੱਥੇ ਤੁਹਾਨੂੰ ਇੱਕ ਦੱਸਦੇ ਹਾਂ ਟ੍ਰੇਨ ਜਦੋਂ ਵੀ ਤੁਹਾਨੂੰ ਟੈਨਸ਼ਨ 'ਚ ਹੋਣ ਦੀ ਲੋੜ ਨਹੀਂ ਕੋਈ ਵੀ ਟੈਨਸ਼ਨ ਲੈਣ ਦੀ ਵੀ ਜਦੋਂ ਆਪਾਂ ਆਉਂਦੇ ਹਾਂ ਉੱਥੋਂ ਟ੍ਰੇਨ ਤੋਂ ਉਤਰਦੇ ਹਾਂ ਜਾਂ ਤੁਸੀਂ ਬਾਏ ਏਅਰ ਆਉਂਦੇ ਹੋ ਬਾਏ ਏਅਰ ਤਾਂ ਮਤਲਬ ਜਿਹੜੀਆਂ ਟ੍ਰੇਨ ਤੋਂ ਯਾਤਰੀ ਆਉਂਦੇ ਨੇ ਮੋਸਟਲੀ ਜਿਹੜੇ ਜ਼ਿਆਦਾਤਰ ਆਉਂਦੇ ਟ੍ਰੇਨ ਤੋਂ ਨੇ ਟ੍ਰੇਨ ਤੋਂ ਆਉਂਦੇ ਆ ਸਰ ਉਤਰਦੇ ਆ ਸਰ ਟ੍ਰੇਨ ਦੀਆਂ ਮਤਲਬ ਜਿਹੜੀ ਵੀ ਟਾਈਮਿੰਗਸ ਹੁੰਦੀਆਂ ਨੇ ਉਹਦੇ ਮਤਲਬ ਉਸ ਟਾਈਮਿੰਗ ਦੇ ਹਿਸਾਬ ਨਾਲ ਇੱਥੋਂ ਗੁਰਦੁਆਰਾ ਸਾਹਿਬ ਤੋਂ ਬੱਸਿਸ ਜਾਂਦੀਆਂ ਉਹ ਖਲੋਤੀਆਂ ਹੁੰਦੀਆਂ ਸਟੇਸ਼ਨ ਤੋਂ ਬਾਹਰ ਕੋਈ ਉਹ ਨਹੀਂ ਬਹੁਤ ਜ਼ਿਆਦੀਆਂ ਬੱਸਾਂ ਹੁੰਦੀਆਂ ਕੋਈ ਮਤਲਬ ਕਿ ਯਾਤਰੀ ਰਹਿੰਦਾ ਨਹੀਂ ਹੈਗਾ ਉਸ ਹਿਸਾਬ ਨਾਲ ਤੁਹਾਨੂੰ ਰੈਂਟ 'ਤੇ ਕਰਨ ਦੀ ਕੋਈ ਚੀਜ਼ ਲੋੜ ਨਹੀਂ ਹੈਗੀ ਬੱਸਾਂ ਨੇ ਜਿਹੜੀਆਂ ਆਪਾਂ ਨੂੰ ਲੈ ਕੇ ਆਉਣਗੀਆਂ ਇੱਥੇ ਬਿਲਕੁਲ ਆਹ ਜਿਹੜੀ ਜਗ੍ਹਾ ਤੁਸੀਂ ਦੇਖਦੇ ਪਏ ਹੋ ਅਤੇ ਜੇ ਤੁਸੀਂ ਉਸ ਤੋਂ ਬਾਅਦ ਦਿਮਾਗ 'ਚ ਆਪਣੇ ਆਉਂਦਾ ਰਹਿਣ ਦਾ ਖਿਆਲ ਵੀ ਰਹਿਣਾ ਕਿੱਥੇ ਆ ਕਿਵੇਂ ਕਰਨਾ ਤਾਂ ਇੱਕ ਤਾਂ ਹੈਗੀ ਆ ਜਿਹੜੀ ਆ ਸਰਾਂ ਬਿਲਕੁਲ ਜਿੱਥੇ ਤੁਸੀਂ ਬੱਸਾਂ 'ਚੋਂ ਉਤਰੋਗੇ ਸਾਹਮਣੇ ਦਿਸੇਗੀ ਤੁਹਾਨੂੰ ਭਾਈ ਦਇਆ ਸਿੰਘ ਸਰਾਂ ਇਹਦਾ ਜਿਹੜਾ ਰੈਂਟ ਹੈਗਾ 800 ਰੁਪਈਆ ਇਹਨਾਂ ਨੇ ਦੱਸਿਆ ਅਤੇ ਅੱਜ ਦੀ ਤਰੀਕ 'ਚ ਜਿਵੇਂ 12 ਮਾਰਚ 'ਚ ਤੁਹਾਨੂੰ ਦੱਸਿਆ ਵੀ ਇਹਦੀਆਂ ਜਿਹੜੀਆਂ ਲਿਫਟ ਹੈ ਜਿਹੜੀ ਸਿਰਫ 4 ਫਲੋਰ ਤੱਕ ਜਾਂਦੀ ਉੱਤੇ ਨਹੀਂ ਜਾਂਦੀ ਅਤੇ ਉਹ ਮਤਲਬ ਕਿ ਤੁਹਾਨੂੰ ਪੈਦਲ ਉਹ ਹੋ ਸਕਦਾ ਜਦੋਂ ਤੁਸੀਂ ਆਵੋ ਉਦੋਂ ਤੱਕ ਠੀਕ ਹੋ ਜਾਵੇ ਅਤੇ ਉਸ ਤੋਂ ਬਾਅਦ ਆਪਾਂ ਅਸੀਂ ਕੱਲ੍ਹ ਰਾਤ ਆਏ ਸੀਗੇ ਆਪਾਂ ਉਸ ਤੋਂ ਬਾਅਦ ਜਦੋਂ ਆਪਾਂ ਜਾਂਦੇ ਹਾਂ ਇਹਦੇ ਨਾਲ ਤੁਹਾਨੂੰ ਇੱਧਰ ਨਾ ਆਹ ਵਾਲਾ ਰਸਤਾ ਆਏਗਾ ਵੇਖੋ ਇੱਧਰ ਇਹ ਮਤਲਬ ਕਿ ਦਰਬਾਰ ਸਾਹਿਬ ਦਾ ਜਿਹੜਾ ਮੇਨ ਦਰਵਾਜ਼ਾ ਇਹ ਵੇ ਅਤੇ ਉਹ ਜਿਹੜਾ ਰਸਤਾ ਉਹ ਜਾਂਦਾ ਇੱਧਰ ਨੂੰ ਗੁਰਦੁਆਰਾ ਲੰਗਰ ਸਾਹਿਬ ਵੱਲ ਨੂੰ ਬਾਬਾ ਨਿਧਾਨ ਸਿੰਘ ਜੀ ਹੋਰਾਂ ਦਾ ਅਤੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਉੱਧਰ ਉਹ ਘੱਟ ਮਤਲਬ ਕਿ ਉਹਦੇ ਵਿੱਚ ਮਿਲੇਗਾ ਉੱਥੇ ਰੈਂਟ ਘੱਟ ਨੇ ਰੂਮਸ ਵੀ ਬਹੁਤ ਵਧੀਆ ਨੇ ਮਤਲਬ ਜ ਆਹ ਜਿਹੜੇ ਦਿਨ ਹੁਣ ਹੋਲਾ ਮਹੱਲਾ ਲੰਘ ਕੇ ਹਟਿਆ ਅਤੇ ਕੋਈ ਬਾਹਲਾ ਰਸ਼ ਹੈ ਨਹੀਂ ਰੂਮ ਥੋੜ੍ਹੀ ਜਿਹੀ ਦਿੱਕਤ ਆਉਂਦੀ ਜ਼ਿਆਦਾ ਨਹੀਂ ਥੋੜ੍ਹਾ ਸਟਰਗਲ ਕਰੋਗੇ ਮਿਲ ਜਾਏਗਾ 400 ਰੁਪਏ ਦਾ ਕਮਰਾ ਅਤੇ ਬਹੁਤ ਵਧੀਆ ਏ ਸੀ ਕਮਰੇ ਨੇ ਅਤੇ ਉਹ ਕਿਵੇਂ ਦੇ ਨੇ ਕੀ ਗੱਲਬਾਤ ਆ ਉਹ ਸਾਰੀ ਮੈਂ ਅਸੀਂ ਤੁਹਾਨੂੰ ਹੁਣ ਅੱਜ ਤਾਂ ਅਸੀਂ ਚੱਲੇ ਹਾਂ ਵੀ ਦਰਸ਼ਨਾਂ ਨੂੰ ਗੁਰਦੁਆਰਾ ਸਾਹਿਬ ਦੇ ਜਿਹੜੇ ਨੇੜੇ ਨੇੜੇ ਗੁਰਦੁਆਰਾ ਸਾਹਿਬ ਨੇ ਅਤੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਜੇ ਅੰਦਰ ਚੱਲੇ ਹਾਂ ਟੇਕ ਕੇ ਅਤੇ ਨੇੜੇ ਨੇੜੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਨੇ ਕਿੱਥੇ ਕਿੱਥੇ ਤੁਸੀਂ ਜਾ ਸਕਦੇ ਹੋ ਅਤੇ ਕਿਵੇਂ ਜਾ ਸਕਦੇ ਹੋ ਉਹ ਸਾਰਾ ਕੁਛ ਤੁਹਾਨੂੰ ਦੱਸਾਂਗੇ ਅਤੇ ਹੁਣ ਜਾਂਦੇ ਹਾਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਰੂਮ ਹੈ ਜਿਹੜਾ ਅਤੇ ਉੱਥੋਂ ਦੀ ਜਿਹੜੀ ਸਰਾਂ ਹੈ ਬਿਲਡਿੰਗ ਹੈ ਜਿਹੜੀ ਉਹ ਸਾਰਾ ਕੁਛ ਤੁਹਾਨੂੰ ਮਤਲਬ ਕਿ ਇਸ ਤੋਂ ਬਾਅਦ ਦੱਸਾਂਗੇ ਕਿ ਉਹ ਰਾਤ ਥੋੜ੍ਹੀ ਖੱਜਲ ਖੁਆਰੀ ਚੀਜ਼ 'ਚ ਸੀਗੇ ਅਤੇ ਵੀਡੀਓ ਵਗੈਰਾ ਦਾ ਦਿਮਾਗ 'ਚ ਨਹੀਂ ਆਇਆ ਅਤੇ ਹੁਣ ਅੱਜ ਦਾ ਦਿਨ ਤਾਂ ਆਪਾਂ ਦਰਸ਼ਨ ਜਿਹੜੇ ਵੀ ਨੇੜੇ ਨੇੜੇ ਗੁਰਦੁਆਰਾ ਸਾਹਿਬ ਨੇ ਕਿਵੇਂ ਅਤੇ ਕਦੋਂ ਅਤੇ ਕਿੱਧਰ ਨੂੰ ਕਰਨੇ ਨੇ ਉਹ ਦੱਸ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ
ਕਿ ਅੰਦਰ ਮੱਥਾ ਟੇਕ ਕੇ ਤੇ ਹੁਣ ਆਪਾਂ ਜਾਣੇ ਆ ਜਿਹੜੇ ਨੇੜੇ ਨੇੜੇ ਜਿਵੇਂ ਤੁਹਾਨੂੰ ਦੱਸਿਆ ਸੀ ਗੁਰਦੁਆਰਾ ਸਾਹਿਬ ਨੇ ਉੱਧਰ ਦਰਸ਼ਨ ਕਰਨ ਤੇ ਅੰਦਰ ਵੀਡੀਓਗ੍ਰਾਫੀ ਮਨਾ ਕਰਦੇ ਨੇ ਤਾਂ ਕੈਮਰਾ ਬੰਦ ਕਰਤਾ ਸੀਗਾ ਤੇ ਅੰਦਰੋਂ ਮੱਥਾ ਟੇਕ ਕੇ ਹੁਣ ਜਾਣੇ ਆਪਾਂ ਇੱਥੋਂ ਵੈਸੇ ਤਾਂ ਬੱਸਸ ਵੀ ਜਾਂਦੀਆਂ ਨੇ ਉਹ ਫ੍ਰੀ ਆਫ ਕਾਸਟ ਹੁੰਦੀਆਂ ਮਤਲਬ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਨੇੜੇ ਨੇੜੇ ਗੁਰਦੁਆਰਾ ਸਾਹਿਬ ਨੇ ਉਹਨੇ ਦਰਸ਼ਨ ਕਰਾਉਣੀਆਂ ਪਰ ਅਸੀਂ ਲੇਟ ਆ ਥੋੜ੍ਹਾ ਤਾਂ ਫਿਰ ਆਪਾਂ ਗੱਡੀ ਰੈਂਟ 'ਤੇ ਕਰਾਂਗੇ ਜਾਂ ਇਨੋਵਾ ਜਾਂ ਆਰਟੀਕਾ ਵੇਖੋ ਉਹਨਾਂ 'ਚੋਂ ਕਿਹੜੀ ਹੁੰਦੀ ਹੈ ਅਤੇ ਉਹਦਾ ਰੈਂਟ ਜੋ ਵੀ ਹੈਗਾ ਉਹ ਸਾਰਾ ਕੁਛ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਨਾਲੇ ਦਰਸ਼ਨ ਕਰਾਵਾਂਗੇ ਅਤੇ ਕੀ ਕੁਛ ਕਿੰਨੇ 'ਚ ਹੋਇਆ ਕਿੰਨੇ ਦਿਨ ਨਵੇਂ ਹੋ ਚੈਨਲ 'ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਅੱਗੇ ਦੀਆਂ ਸਾਰੀਆਂ ਵੀਡੀਓਜ਼ ਲਈ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ